ਗੁਜ਼ਰੇ ਵੀਕਐਂਡ ਹੋਏ ਸਸਕੈਚੁਆਨ ਦੀ ਹੰਬੋਲਟ ਬ੍ਰੋਂਕੋਜ਼ ਹਾਕੀ ਟੀਮ ਵਿਚ 16 ਲੋਕਾਂ ਦੀ ਜਾਨ ਚਲੀ ਗਈ ਤੇ ਹਾਲੇ ਵੀ 13 ਜ਼ਖਮੀ ਨੇ। ਇਸ ਹਾਦਸੇ ਤੋਂ ਬਾਅਦ ਦੁਨੀਆ ਭਰ ਵਿਚ ਜਿੱਥੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ, ਉੱਥੇ ਕੈਨੇਡੀਅਨ ਮੁਸਲਿਮ ਕਮਿਊਨਿਟੀ ਨੇ ਵੀ ਅਫਸੋਸ ਕੀਤਾ। ਅੱਜ ਅਹਿਮਦੀਆ ਮੁਸਲਿਮ ਕਮਿਊਨਿਟੀ ਨੇ ਜੁਮੇ ਦੀ ਨਮਾਜ਼ ਤੋਂ ਬਾਅਦ ਆਪਣੇ ਵੌਨ ਅੰਟੇਰੀਓ ਦੇ ਜਮਾਤਖਾਨੇ ਦੇ ਬਾਹਰ ਵਿਜਿਲ ਕਰਕੇ ਇਸ ਹਾਦਸੇ ਤੋਂ ਮੁਤਾਸਰ ਲੋਕਾਂ ਦੇ ਦੁੱਖਾਂ ਨੂੰ ਵੰਡਿਆ। ਸਾਡਾ ਮਜ਼ਹਬ ਹੈ, ਸਾਨੂੰ ਦੱਸਦਾ ਹੈ ਕਿ ਮੁਹੱਬਤ ਵਤਨ ਦੇ ਨਾਲ ਇਮਾਨ ਦਾ ਹਿੱਸਾ ਹੈਗਾ ਅਤੇ ਉਸ ਦੀ ਵਜ੍ਹਾ ਤੋਂ ਨਬੀ ਕਰੀਮ ਸੱਲਲ੍ਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਉਹ ਮੁਹੱਬਤ ਦਾ ਇਜ਼ਹਾਰ ਵੀ ਹੋਣਾ ਚਾਹੀਦਾ। ਜਿਸ ਤਰ੍ਹਾਂ ਖੁਸ਼ੀ ਦੇ ਮੌਕੇ 'ਚ ਅਸੀਂ ਖੁਸ਼ੀ ਦਾ ਇਜ਼ਹਾਰ ਕਰੀਦਾ, ਇਸੀ ਤਰ੍ਹਾਂ ਅਸੀਂ ਗਮ ਦੇ ਮੌਕੇ 'ਤੇ ਗਮ ਦਾ ਇਜ਼ਹਾਰ ਕਰੀਦਾ। ਅਤੇ ਹਾਕੀ ਕਮਿਊਨਿਟੀ ਨੂੰ ਵੀ ਬੜਾ ਦੁੱਖ ਹੋਇਆ, ਅਹਿਮਦੀਆ ਮੁਸਲਿਮ ਕਮਿਊਨਿਟੀ ਨੂੰ ਵੀ ਬੜਾ ਦੁੱਖ ਹੋਇਆ। ਇਸ ਤਰ੍ਹਾਂ ਨਿਊਫਾਊਂਡਲੈਂਡ ਤੋਂ ਲੈ ਕੇ ਵੈਨਕੂਵਰ ਤੱਕ ਸਾਡੇ ਸਾਰੇ ਚੈਪਟਰ ਜਿਹੜੇ ਨੇ ਉੱਥੇ ਵਿਜੁਅਲ ਔਰਗਨਾਈਜ਼ ਹੋਈਏ। ਅਸੀਂ ਕੈਨੇਡੀਅਨਸ ਦੇ ਦੁੱਖ ਸੁੱਖ 'ਚ ਹਮੇਸ਼ਾ ਸ਼ਾਮਿਲ ਰਹਿੰਦੇ ਹਾਂ ਔਰ ਹਮੇਸ਼ਾ ਸ਼ਾਮਿਲ ਰਹਾਂਗੇ। ਵਿਜਲ ਦੇ ਨਾਲ ਨਾਲ ਕਮਿਊਨਿਟੀ ਨੇ ਮਿਲ ਕੇ ਵਿਕਟਿਮਸ ਲਈ ਫਾਤਿਹਾ ਪੜ੍ਹੀ ਤੇ ਉਹਨਾਂ ਵਾਸਤੇ ਖਾਸ ਨਮਾਜ਼ ਤੇ ਦੁਆ ਵੀ ਕੀਤੀ ਗਈ। ਉਹਨਾਂ ਦੀ ਯਾਦ ਵਿੱਚ ਕਮਿਊਨਿਟੀ ਦੇ ਬੱਚਿਆਂ ਤੇ ਬਜ਼ੁਰਗਾਂ ਨੇ ਮਿਲ ਕੇ ਮੌਨ ਰੱਖਿਆ। ਅਹਿਮਦੀਆ ਮੁਸਲਿਮ ਜਮਾਤ ਦਾ ਕਹਿਣਾ ਸੀ ਕਿ ਕੈਨੇਡਾ ਦੇ ਹਰ ਅਹਿਮਦੀ ਮਸਜਿਦ ਨੇ ਅੱਜ ਵਿਜਲ ਰੱਖਿਆ ਤਾਂ ਕਿ ਆਪਣੇ ਵਤਨ ਦੇ ਇਸ ਗਮ ਨੂੰ ਮਿਲ ਕੇ ਹਲਕਾ ਕਰ ਸਕੇ। ਜਿੱਥੇ ਜਿੱਥੇ ਅਹਿਮਦੀਆ ਮੁਸਲਿਮ ਕਮਿਊਨਿਟੀ ਵਸਦੀ ਹੈਗੀ ਹੈ ਕੈਨੇਡਾ ਦੇ ਵਿੱਚ, ਕਿਉਂਕਿ ਐਸੀ ਟ੍ਰੈਜਡੀ ਹੈਗੀ ਹੈ ਜਿਹੜੀ ਪੂਰੇ ਮੁਲਕ ਨੂੰ ਇਹਦਾ ਦੁੱਖ ਹੈਗਾ, ਨੈਸ਼ਨਲ ਟ੍ਰੈਜਡੀ ਹੈਗੀ, ਅਤੇ ਜਿੱਥੇ ਜਿੱਥੇ ਸਾਡੀ ਅਹਿਮਦੀਆ ਮੁਸਲਿਮ ਕਮਿਊਨਿਟੀ ਵਸਦੀ ਹੈਗੀ ਹੈ ਉਹ ਆਪਣੀ ਮਸਾਜਿਦ ਦੇ ਵਿੱਚ ਪ੍ਰੇਅਰ ਸੈਂਟਰ ਦੇ ਵਿੱਚ ਇਹ ਕੰਮ ਕਰ ਰਹੇ ਨੇ ਕਿ ਦੁਆ ਕਰ ਰਹੇ ਨੇ ਉਹਨਾਂ ਨੂੰ ਕਿ ਅੱਲਾਹ ਤਾਲਾ ਸਬਰ ਦੇਵੇ ਅਤੇ ਜਿਹੜੇ ਜਿਹੜੇ ਇੰਜਰ ਹੋਏ ਨੇ ਉਹਨਾਂ ਨੂੰ ਅੱਲਾਹ ਤਾਲਾ ਛੇਤੀ ਸ਼ਫਾ ਅਤਾ ਫਰਮਾਏ। ਮਾਨੋ ਯਾਵਰ, ਆਮਨੀ ਨਿਊਜ਼, ਵਾਨ।